ਕੱਲ ਨੂੰ ਵੀ ਕਰੀਏ, ਕੱਲ ਨੂੰ ਫਿਰ ਪਾਉਣਾ ਪੂਰੇ ਖੜਾ ਹੋ। ਹਰ ਰੱਬ ਵਾਂਗੂ ਤੇਰੀ ਨੀ ਮੈਂ ਪੂਜਾ ਕਰਦਾ। ਮੂਸੇਵਾਲਾ ਜੋ ਕਿ ਇਸ ਸਮੇਂ ਆਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲਾਈਵ ਸ਼ੋਅ ਟੂਰ 'ਤੇ ਹਨ, ਅਤੇ ਆਪਣੇ ਨਿਊਜ਼ੀਲੈਂਡ ਦੇ ਟੂਰ ਦੇ ਦੌਰਾਨ ਉਹਨਾਂ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਪਹਿਲਾ ਰਿਪਲਾਈ ਸਾਹਮਣੇ ਰੱਖਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਵੱਡੇ ਵਿਵਾਦ ਦੇ ਵਿੱਚ ਫਸਾ ਦਿੱਤਾ ਸੀ। ਬਾਕੀ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਜਾਣ ਬੁੱਝ ਕੇ ਕਿਸ ਵਿਵਾਦ ਦੇ ਵਿੱਚ ਫਸਾਇਆ ਗਿਆ ਸੀ। ਬਾਕੀ ਤੁਸੀਂ ਸਿੱਧੂ ਮੂਸੇਵਾਲੇ ਦੇ ਇਸ ਰਿਪਲਾਈ ਬਾਰੇ ਕੀ ਕਹੋਗੇ, ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਕਿ ਇਹ ਵੀਡੀਓ ਹਰ ਇੱਕ ਸਿੱਧੂ ਮੂਸੇਵਾਲੇ ਦੇ ਫੈਨ ਤੱਕ ਜ਼ਰੂਰ ਪਹੁੰਚ ਸਕੇ। ਅਤੇ ਨਾਲ ਹੀ ਹਰ ਤੇਜ਼ ਅਪਡੇਟ ਅਤੇ ਸਿੱਧੂ ਮੂਸੇਵਾਲੇ ਦੇ ਲਾਈਵ ਸ਼ੋਅ ਦੀ ਹਰ ਨਿਊਜ਼ ਦੇਖਣ ਦੇ ਲਈ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ। ਵਾਂਗੂ ਇਹ ਭਾਜ ਕਰਦੀ ਹੱਕਾ ਬਣੀ।